ਇਸ ਰਾਨ ਨੇ ਜ਼ਿਕਰ ਕੀਤਾ ਹੈ ਕਿ ਜੋ ਉਹਨਾਂ ਨੂੰ ਖਾਸ ਇਨਪੁਟ ਮਿਲੇ ਸੀ ਪੰਜਾਬ ਪੁਲਿਸ ਦੇ ਕੇਰਲ ਪੁਲਿਸ ਦੇ ਵੱਲੋਂ ਐਸਆਈ जोगਿੰਦਰ ਸਿੰਘ ਅਤੇ ਐਸਆਈ ਰਾਜਪ੍ਰੀਤ ਸਿੰਘ ਨੂੰ ਕਾਬੂ ਕੀਤਾ ਗਿਆ ਹੈ ਹੋਟਲ ਕਾਸਾ ਲਿੰਡਾ ਦੇ ਵਿੱਚੋਂ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਕੋਚੀ ਦੇ ਅੰਦਰ ਤੇ ਇਸ ਰਾਨ 4:30 ਵਜੇ ਦੇ ਕਰੀਬ ਜਿਹੜੀ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਐਸਆਈਟੀ ਹੈੱਡ ਪ੍ਰਵੀਨ ਕੇ ਸਿਨਾ ਇਸ ਤੋਂ ਇਲਾਵਾ ਆਈਪੀਐਸ ਆਈਜੀਪੀ ਕ੍ਰਾਈਮ ਪੰਜਾਬ ਨੂੰ ਇਸ ਰਾਨ ਕੋਚੀ ਤੋਂ ਜੜਾਏ ਇਹਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਹ ਉੱਥੋਂ ਚੱਲ ਪਈ ਨੇ ਤੇ ਦੋ ਅਹਿਮ ਕਾਮਯਾਬੀਆਂ ਜਿਹੜੀਆਂ ਨੇ ਹਾਸਲ ਕੀਤੀਆਂ ਕਈ ਨੇ ਦਰਸਲ ਪੀਤੇ ਜਣੀ ਇਲਜ਼ਾਮ ਲਾਇਆ ਗਿਆ ਸੀ ਕਿ 16 ਕਰੋੜ ਦੀ ਰਾਸ਼ੀ ਜਿਹੜੀ ਸੀ ਪੁਲਿਸ ਨੇ ਜ਼ਬਤ ਕੀਤੀ ਸੀ ਹਾਲਾਂਕਿ ਪੁਲਿਸ ਨੇ 9 ਕਰੋੜ ਰੁਪਏ ਦੇ ਕਰੀਬ ਰਾਸ਼ੀ ਬਰਾਮਦ ਹੋਣ ਦਾ ਜ਼ਿਕਰ ਕੀਤਾ ਸੀ ਜਿਸ ਦੌਰਾਨ ਪੰਜਾਬ ਪੁਲਿਸ ਤੇ ਇਹ ਦੋ ਐਸਆਈ ਲਗਾਤਾਰ ਫਰਾ ਚੱਲ ਰਹੇ ਸਨ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਪੁਲਿਸ ਨੂੰ ਕਾਫੀ ਨਮੂਸ਼ੀ ਵੀ ਚਲਣੀ ਪਈ ਸੀ। 9 ਕਰੋੜ ਰੁਪਏ ਦੇ ਕਰੀਬ ਜਿਹੜੀ ਸੀ ਇਹ ਰਾਸ਼ੀ ਬਰਾਮਦ ਹੋਣ ਦਾ ਜ਼ਿਕਰ ਕੀਤਾ ਗਿਆ ਸੀ ਹਾਲਾਂਕਿ ਉਸ ਤੋਂ ਬਾਅਦ ਅਗਲੇ ਹੀ ਦਿਨ ਪਾਦਰੀ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਇਲਜ਼ਾਮ ਲਾਇਆ ਕਿ ਇਸ ਵਾਰ ਜੋ ਰਾਸ਼ੀ ਬਰਾਮਦ ਹੋਈ ਸੀ ਉਹ ਕੁੱਲ 16 ਕਰੋੜ ਰੁਪਏ ਦੇ ਕਰੀਬ ਉਹ ਰਾਸ਼ੀ ਬਣਦੀ ਸੀ ਜਿਦੇ ਵਿੱਚੋਂ 6 ਕਰੋੜ ਰੁਪਏ ਦੇ ਕਰੀਬ ਰਾਸ਼ੀ ਖੁਰਦਬੁਰਦ ਕਰ ਦਿੱਤੀ ਗਈ ਉੱਥੇ ਹੀ ਸਵੇਰ ਸਰਕਾਰ ਨੇ ਇਸ ਮਸਲੇ ਦੇ ਵਿੱਚ ਖਾਸ ਐਸਆਈਟੀ ਦਾ ਗਠਨ ਕੀਤਾ ਸੀ ਜਿਦੇ ਵਿੱਚ ਇਹ ਦੋ ਐਸਆਈ ਜੋ ਕਿ ਮੌਕੇ ਦੇ ਉੱਤੇ ਜਿਨ੍ਹਾਂ ਵੱਲੋਂ ਇਹ ਬਰਾਮਦਗੀ ਕੀਤੀ ਗਈ ਸੀ ਨਕਦੀ ਦੀ ਉਫਰਾਰ ਹੋ ਗਏ ਸਨ ਉਹਨਾਂ ਦੇ ਖਿਲਾਫ ਮਾਮਲੇ ਦਰਜ ਕੀਤੇ ਗਏ ਤਰ੍ਹਾਂ ਦੀ ਪਾਲਵੀ ਲਗਾਤਾਰ ਕੀਤੀ ਗਈ ਸੀ ਤੇ ਫਿਲਹਾਲ ਉਹਨਾਂ ਨੂੰ ਕੇਰਲ ਦੇ ਕੋਚੀ ਦੇ ਵਿੱਚੋਂ ਕਾਬੂ ਕੀਤਾ ਗਿਆ